ਹੈਲੋ। ਹਾਂਜੀ ਵੀ ਮੁੰਡਿਓ, ਕੀ ਹਾਲ ਚਾਲ ਆ ਵੀ ਤੁਹਾਡਾ ਸਾਰਿਆਂ ਦਾ? ਤੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਣੀ ਵੀਡੀਓ ਨੂੰ ਇੰਜੋਏ ਕਰਦੇ ਹੋਵੋਗੇ। ਤੇ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਫਾਰਮਿੰਗ ਓ ਸੋਰੀ ਯੂਰੋ ਟਰੱਕ ਸਿਮੂਲੇਟਰ 2 ਦੀ ਹੋਰ ਇੱਕ ਘੈਂਟ ਜੀ ਵੀਡੀਓ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਸੀਗਾ ਕਿ ਆਪਾਂ ਲਾਸਟ ਟਾਈਮ ਅੰਬਾਨੀ ਦੇ ਮੁੰਡੇ ਦੇ ਵਿਆਹ ਵਾਸਤੇ ਆਪਾਂ ਸਮਾਨ ਲੈ ਕੇ ਗਏ ਸੀਗੇ, ਤੇ ਹੁਣ ਬਈ ਉਹਨਾਂ ਦੇ ਵਿਆਹ ਵਾਸਤੇ ਆਪਾਂ ਹੋਰ ਸਮਾਨ ਲੈ ਕੇ ਆਉਣਾ, ਤੇ ਆਪਾਂ ਨੂੰ ਇੰਨਾ ਕੁ ਜ਼ਿਆਦਾ ਵਧੀਆ ਆਰਡਰ ਦੇਤਾ ਉਹਨਾਂ ਨੇ। ਪਿਛਲੀ ਵਾਰੀ ਚੰਗੇ ਪੈਸੇ ਬਣੇ ਆ। ਆਪਣੇ ਕੋਲ ਟ੍ਰੇਲਰ ਸੀਗਾ ਕਿਰਾਏ ਤੇ, ਤੇ ਹੁਣ ਬਈ ਆਪਾਂ ਟ੍ਰੇਲਰ ਆਪਣਾ ਆਪਦਾ ਲੈ ਲਿਆ, 30 ਕਿਲੋਮੀਟਰ ਤੇ ਆ, ਫਲੈਟ ਬੈੱਡ ਵਾਲਾ ਆਪਣਾ। ਤੇ ਪਹਿਲਾਂ ਆਪਾਂ ਉਹ ਲੈ ਕੇ ਆਈਏ, ਤੇ ਫਿਰ ਨਾਲੇ ਨਾਲੇ ਫਿਰ ਆਪਾਂ ਤੁਹਾਨੂੰ ਅਗਲਾ ਆਪਾਂ ਲੋਡ ਚੱਕਦੇ ਹਾਂ ਮਾਮਾ। ਕਿਹੜਾ ਏ ਹਾਰਨ ਦੇਖੋ ਬਾਈ, ਆਪਾਂ ਪੂਰਾ ਮੋਡੀਫਿਕੇਸ਼ਨ ਕਰਾਤਾ ਆਪਣੇ ਟਰੱਕ ਨੂੰ, ਠੀਕ ਹੈ? ਤੇ 30 ਕਿਲੋਮੀਟਰ ਹੈਗੀ ਆ ਵਾਟ ਮਿੱਤਰੋ ਸੱਜਣ ਪਿਆਰਿਓ। ਤੇ ਉੱਧਰ ਮਾਮੇ ਵੀ ਕਹਿੰਦੇ ਪੂਰੇ ਜ਼ੋਰਾਂ ਸ਼ੋਰਾਂ ਦੇ ਲੱਗੇ ਹੋਏ ਨੇ, ਮਾਮਿਆਂ ਨੇ ਵਜਾ ਦੇ ਸਾਇਰਨ। ਤੇ ਹੋਰ ਮੁੰਡਿਓ, ਜਿੱਦਾਂ ਤੁਹਾਨੂੰ ਫਾਰਮਿੰਗ ਦੀਆਂ ਵੀਡੀਓ ਵਧੀਆ ਲੱਗਦੀਆਂ, ਤੇ ਤੁਸੀਂ ਆਪਾਂ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਕਿ ਤੁਹਾਨੂੰ ਕਿਹੜੀ ਵੀਡੀਓ ਵਧੀਆ ਲੱਗਦੀ ਹੈ, ਫਾਰਮਿੰਗ ਦੀ ਜ਼ਿਆਦਾ ਵਧੀਆ ਲੱਗਦੀ ਹੈ ਜਾਂ ਅਮੈਰੀਕਨ ਜਾਂ ਯੂਰੋ ਟਰੱਕ ਸਿਮੂਲੇਟਰ, ਜਾਂ ਫਿਰ ਆਪਾਂ GTA ਵੀ ਸ਼ੁਰੂ ਕਰ ਸਕਦੇ ਹਾਂ ਮੁੰਡੇ। GTA ਦੀ ਵੀ ਕੋਈ ਵੱਡੀ ਗੱਲ ਨਹੀਂ ਗੀ, ਹੁਣ ਆਪਾਂ GTA ਸ਼ੁਰੂ ਕਰਨਾ ਚਾਹੁੰਦੇ ਹਾਂ। ਅੱਜ ਹੀ ਆਪਾਂ GTA ਡਾਊਨਲੋਡ ਤੇ ਲਾ ਦਿੱਤੀ ਹੈ, ਪਹਿਲਾਂ ਤੁਹਾਨੂੰ ਪਤਾ ਕਿ ਆਪਾਂ ਸਪੀਡ ਹੀ ਨਵਾਂ ਲਿਆ ਹੁਣ ਮਿੱਤਰੋ। ਤੇ ਹੁਣ ਆਪਾਂ ਚੱਲਦੇ ਹਾਂ ਲੈਣ ਆਪਣਾ ਟ੍ਰੇਲਰ, ਚੱਲੇ ਹਾਂ ਬਾਈ। ਤੇ ਨਜ਼ਾਰਾ ਵੇਖੋ ਮੁੰਡੇ, ਉਹ ਆਉਂਦਾ ਕਹਿੰਦੇ ਬਾਗੀਆਂ ਪਾਉਂਦਾ ਫਿਰਦਾ, ਉਹ ਤੇਰੀ ਭੈਣ ਨੂੰ ਤੇਰੀ ਨੂੰ ਨੀਲਿਆ ਕਿੱਧਰ ਫਿਰਦਾ ਪੰਦਰਾਂ ਬਾਈ। ਆਪਾਂ ਇੱਥੋਂ ਮੁੜਨਾ ਆ ਹੁਣ, ਇੰਡੀਕੇਟਰ ਦੇ ਤਾਂ ਦੇ ਕਹਿੰਦੇ ਸੱਜੇ ਹੱਥ ਤੇ ਰੱਖ ਕੇ, ਉਹ ਤੇਰੀ ਭੈਣ ਨੂੰ ਦੀਨ ਓਏ ਮਰਾਤਾ ਸੀ ਨੀਲੇ ਨੇ ਪਤੰਦਰ ਨੇ, ਪਰ ਬਚਾ ਹੋ ਗਿਆ। ਚੱਲ ਕਹਿੰਦੇ ਹੁਣ ਆਪਣਾ ਚੱਲਦੇ ਆ ਮੁੰਡਿਓ ਇੱਧਰ ਨੂੰ। ਹਾਂ ਮੋੜ ਹੀ ਬਾਹਲੇ ਖਤਰਨਾਕ ਹੈ ਬਾਈ। ਬਾਈ ਇਹ ਦੂਜੇ ਆ, ਮੈਨੂੰ ਲੱਗਦਾ ਯੂਰੋ ਦੇ ਵਿੱਚ ਆਪਾਂ ਤਾਂ ਕਰਕੇ ਆ, ਅਮੈਰੀਕਨ ਦੇ ਵਿੱਚ, ਅਮੈਰੀਕਨ ਜਦੋਂ ਚੱਲਦੇ ਹੋਈਏ ਉਦੋਂ ਨਹੀਂ ਬਾਈ ਇੰਨੇ ਮੋੜ ਖਤਰਨਾਕ ਆਉਂਦੇ, ਉੱਥੇ ਰੋਡਾਂ ਬਹੁਤ ਖੁੱਲੀਆਂ। ਯੂਰੋਪ ਦੇ ਵਿੱਚ ਰੋਡਾਂ ਭੀੜੀਆਂ ਹੀ ਆ ਬਾਈ। ਚਲੋ 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 ਚਲੋ, ਤੋਰੋ ਤੋਰੋ ਬਾਈ ਹੋਰਨ। ਬਾਈ ਦੇਖੋ ਹੋਰਨ ਸੁਣਦਾ, ਹੋਰਨ ਕਿੱਡਾ ਲਵਾਇਆ ਆਪਾਂ। ਇੱਥੋਂ ਆਪਾਂ ਰਾਈਟ ਲੈ ਲੈਣਾ ਆ, ਤੇ ਰਾਈਟ ਲੈਂਦੇ ਸਾਰੀ ਫੈਕਟਰੀਆਂ ਕੋਲੇ ਕਹਿੰਦੇ ਆਪਣਾ ਟ੍ਰੇਲਰ ਲੱਗਿਆ ਹੋਇਆ, ਆਪਾਂ ਉੱਥੋਂ ਟ੍ਰੇਲਰ ਪਾਉਣਾ ਆਪਣਾ ਆਪਦਾ, ਵੀ ਹੁਣ ਆਪਾਂ ਆਪਦਾ ਟ੍ਰੇਲਰ ਹੀ ਲੈ ਲਿਆ ਬਾਈ। ਉਦੋਂ ਤਾਂ ਹੀ ਆਪਾਂ ਭੈਣ ਚੋ ਕੰਪਨੀ ਵਾਲਿਆਂ ਦੇ ਸਿਰ ਤੇ ਟ੍ਰੇਲਰਾਂ ਦੇ ਨਜ਼ਾਰੇ ਲੈਂਦੇ ਫਿਰਾਂਗੇ। ਸੋ ਉਹਦੇ ਨਾਲ ਚੱਕ ਚਾਹ ਦੇ ਨਾਲ ਆਂਡਾ ਮੁੱਤਰਾ ਚੱਕ ਪੂਰਿਆ ਪੂਰਾ ਬਾਈ, ਅੱਗੇ ਆਈ ਜਾਂਦਾ ਸੀਗਾ ਕਹਿੰਦੇ ਪੂਰੇ ਨੂੰ ਤੇਲਾ ਦੇ ਦਾ ਪੂਰਾ, ਉਹ ਸਾਈਡ ਤੇ ਲੱਗਿਆ ਪਿਆ ਕਹਿੰਦੇ ਪੂਰਿਆ ਤਾਂ ਪੂਰੇ ਨੂੰ ਸਾਈਡ ਤੇ ਲੱਗਣਾ ਪਿਆ। ਗਾਂ ਮੈਨੂੰ ਲੱਗਦਾ ਐਮਾਜ਼ੋਨ ਦੀ ਬੈਨ ਆ ਰਹੀ ਆ। ਨਹੀਂ ਬਾਈ ਇਹ ਤਾਂ ਹੋ ਰਹੀ ਆ, ਕੋਈ ਐਲਸੀਡੀਆਂ ਲਾਈ ਫਿਰਦੇ ਬਾਈ। ਛੋਟਾ ਹੋਰਨ ਨਹੀਂ, ਬੜਾ ਘੈਂਟ ਜਿਹੜਾ ਮਾਰੀਦਾ ਨਾ ਪ੍ਰੈਸ਼ਰ ਵਾਲਾ ਹੋਰਨ, ਮੋਰਲੇ ਬੰਦੇ ਦੀ ਟੱਟੀ ਨਿਕਲ ਜਾਂਦੀ ਬਾਈ ਕਹਿੰਦੇ ਟੱਟੀ। ਆਪਦਾ ਟ੍ਰੇਲਰ ਆਪਣਾ ਕਿੱਥੇ ਹੈ ਮਿੱਤਰੋ, ਆਪਣਾ ਟ੍ਰੇਲਰ ਕਿੱਥੇ ਹੈ? ਆਪਣਾ ਟ੍ਰੇਲਰ ਆ ਪਿਆ ਬਾਈ, ਉਹ ਲਾਲ ਰੰਗ ਦਾ ਟ੍ਰੇਲਰ ਆ ਕਹਿੰਦੇ ਮੁੰਡਿਓ ਚੈੱਕ ਕਰੋ, ਮੁੰਡਿਓ ਟ੍ਰੇਲਰ ਚੈੱਕ ਕਰੋ ਕਹਿੰਦੇ ਆਪ। ਤੁਹਾਨੂੰ ਜਮਾ ਹੀ ਕੋਲੋਂ ਦੀ ਦਿਖਾਵਾਂਗੇ ਟ੍ਰੇਲਰ, ਦੇਖੋ ਲੈ ਚੈੱਕ ਕੇ, ਹੈਂ ਚੈੱਕ ਕੇ ਪੱਤੀਆਂ ਲਾਉਂਦਾ ਪੂਰਾ ਐਨ ਸਿਰਾ। ਤੇ ਟਾਇਰ ਵੀ ਤੁਸੀਂ ਚੈੱਕ ਕਰੋ ਮੁੰਡਿਓ ਆਪਣੇ ਟਰੱਕ ਦੇ, ਸਿਰਾ ਗੱਲਬਾਤ ਹੋਈ ਪਈ ਹੈ ਕਿ ਨਹੀਂ? ਪੂਰੀ ਐਂਡ ਕੈਂਡ ਘੈਂਟ ਤੇ ਘੈਂਟ ਗੱਲਬਾਤ ਹੋਈ ਪਈ ਆ, ਘੈਂਟ ਤੋਂ ਘੈਂਟ ਵੀ। ਤੇ ਹੁਣ ਆਪਾਂ ਲਾ ਦਈਏ ਇਹਨੂੰ ਆਪਣਾ, ਤੇ ਉਹਨਾਂ ਨੇ ਆਪਾਂ ਨੂੰ ਆਰਡਰ ਤਾਂ ਦਿੱਤਾ ਹੈ ਫਰੂਟ ਦਾ, ਠੀਕ ਹੈ ਬਾਈ।
ਚੱਕ ਟ੍ਰੇਲਰ ਆਪਣਾ ਹੈਗਾ ਖਾਲੀ ਚੱਕ ਮੁੰਡੇ ਚੱਕ ਦੇ ਕਹਿੰਦੇ ਚੱਕ ਕੇ ਗੱਲਾਂ ਬਾਤਾਂ ਹੋਈਆਂ ਪਈਆਂ। ਆਪਾਂ ਹੁਣ ਕੋਲੋਂ ਹੀ ਚੱਕ ਲਈਏ ਫਰੂਟ ਫਰਾਟ ਵਾਲਾ ਆਪਾਂ ਚੱਕਣਾ ਆ, ਠੀਕ ਹੈ ਬਾਈ। ਅਤੇ ਹੁਣ ਦੇਖਦੇ ਹਾਂ ਇੱਥੋਂ ਨੇੜੇ ਤੇੜੇ ਆਪਾਂ ਨੂੰ ਮਿਲਦਾ ਔਡਰ ਕਿ ਨਹੀਂ ਫਰੂਟ ਦਾ, ਨਹੀਂ ਤਾਂ ਫਿਰ ਆਪਾਂ ਨੂੰ ਫਿਰ ਆਪਣੇ ਉਸੇ ਸ਼ਹਿਰ 'ਚ ਹੀ ਵਾਪਸ ਜਾਣਾ ਪੈਣਾ। ਉੱਥੇ ਕਹਿੰਦੇ ਫਰੂਟਾਂ ਦਾ ਮਿਲ ਜਾਂਦਾ ਆ ਔਡਰ, ਅਤੇ ਹੁਣ ਕਹਿੰਦੇ ਆ ਬੁੱਕ ਖੋਲ੍ਹਣੀ ਪੈਣੀ ਇਹਦੇ ਵਾਸਤੇ। ਫਰੂਟਾਂ ਦਾ ਔਡਰ ਮਿਲ ਜਾਣਾ ਚਾਹੀਦਾ। ਇੱਥੋਂ ਦੇਖਦੇ ਹਾਂ ਬਾਈ ਜੇ ਫਰੂਟਾਂ ਦਾ ਔਡਰ ਮਿਲ ਗਿਆ ਨਾ, ਅਤੇ ਜਾਂ ਦੁੱਧ ਦਹੀਂ ਦਾ ਕਿਸੇ ਦਾ ਵੀ ਔਡਰ ਮਿਲ ਗਿਆ ਤਾਂ ਆਪਾਂ ਉਹੀ ਚੱਕ ਲੈਣਾ ਬਈ। ਨਹੀਂ ਬਾਈ ਇੱਥੇ ਵੀ ਹੈ ਨਹੀਂ ਗਾ, ਸੋ ਦੇਖਦੇ ਹਾਂ ਆਪਾਂ ਐਕਸਟਰਨਲ ਮਾਰਕੀਟ ਆ ਰਹੀ ਹੈ, ਇੱਥੇ ਵੀ ਹੈ ਨਹੀਂ ਯਾਰ। ਕਾਰਗੋ ਆ ਰਹੇ ਬਾਈ, ਆ ਬਾਈ ਲੈ ਬਈ ਗਾਜਰਾਂ ਪਈਆਂ ਬਾਈ, ਦਾਰੂ ਪਈ ਆ, ਸਾਰਾ ਸਮਾਨ ਪਿਆ ਬਾਈ। ਗਾਜਰਾਂ ਲੈ ਚੱਲੀਏ ਕਿ ਬਾਈ, ਗਾਜਰਾਂ ਵੀ ਸਹੀ ਹੈ, ਗਾਜਰਾਂ ਵੀ ਠੀਕ ਹੈ ਬਾਈ, ਗਾਜਰਾਂ ਠੀਕ ਹੈ ਬਾਈ, ਆਹ ਗਾਜਰਾਂ ਠੀਕ ਹੈ। ਨਾਲੇ ਤਾਂ ਨੇੜੇ ਸੁੱਟ ਕੇ ਆਉਣੀ ਹੈ, 455 ਕਿਲੋਮੀਟਰ ਦੂਰ ਆ। ਮੈਂ ਕਹਿੰਦਾ ਬਾਈ ਆਪਾਂ ਉੱਧਰ ਹੀ ਚੱਲੀਏ, ਇੱਥੋਂ ਆਪਾਂ ਨੂੰ ਮਿਲਣਾ ਨਹੀਂ ਸਮਾਨ, ਚੱਲ ਆਪਾਂ ਇੱਥੋਂ ਚੱਕ ਹੀ ਲਈਏ ਯਾਰ, ਫਿਰ ਐਵੇਂ ਦੂਰ ਜਾਵਾਂਗੇ ਉਹਦੇ ਨਾਲ ਚੰਗਾ ਆ। ਮੈਂ ਕਹਿੰਦਾ ਬਾਈ ਆਹਾਂ ਇਹ ਕੀ ਚੀਜ਼ ਆ, ਸਟੇਅਰ ਸਟੂਰਸ ਕੁਰਸੀਆਂ, ਆ ਵੀ ਠੀਕ ਆ ਬਾਈ। ਜੇ ਮੱਖਣ ਮੁੱਖਣ ਵੀ ਲੈ ਚਲੀਏ, ਮੱਖਣ ਦੀ ਵੀ ਜ਼ਰੂਰਤ ਪੈਣੀ ਆ ਉੱਥੇ, ਹੈ ਨਾ। ਅਤੇ ਦਾਰੂ ਲੈ ਚਲੀਏ, ਮੈਂ ਤੈਨੂੰ ਕਿਵੇਂ ਦੱਸੀਏ, ਦਾਰੂ ਵੀ ਲੈ ਚਲੀਏ, ਦਾਰੂ ਵੀ ਠੀਕ ਹੈ। ਲਓ ਬਈ ਮੁੰਡਿਓ ਚੱਲ ਆਪਾਂ ਮੱਖਣ ਹੀ ਲੈ ਚੱਲਦੇ ਹਾਂ ਬਾਈ, ਕਿਉਂਕਿ ਸਾਰਾ ਸਮਾਨ ਸਮੂਨ ਯੂਜ਼ 'ਚ ਆਉਣਾ ਹੁਣ ਆਪਾਂ ਨੂੰ, ਮੈਨੂੰ ਲੱਗਦਾ ਦੱਸਣਗੇ ਲੈ ਬਾਈ। ਕਹਿੰਦੇ ਟ੍ਰੇਲਰ ਲਾ ਦਿਓ ਮੁੰਡਿਓ ਕਹਿੰਦੇ ਉੱਥੇ, ਅਤੇ ਟ੍ਰੇਲਰ ਉੱਥੇ ਲਾ ਦਿੰਦੇ ਬਾਈ। ਰੈਸਟਰੇਟ ਸਕਿੱਪ, ਨਹੀਂ ਬਾਈ ਸਕਿੱਪ ਕਿਉਂ ਕਰਨੀ ਅਸੀਂ ਬਾਈ, ਕਹਿੰਦੇ ਕਹਿੰਦੇ ਸਕਿੱਪ ਕਰ ਦਿਓ, ਅਸੀਂ ਆਪੇ ਆਪ ਹੀ ਲਾ ਲਾਂਗੇ ਟ੍ਰੇਲਰ, ਤੁਸੀਂ ਆਰਾਮ ਕਰੋ। ਮੈਂ ਕਿਹਾ ਵੀ ਨਹੀਂ ਅਸੀਂ ਆਰਾਮ ਰੂਮ ਵਾਲੇ ਬੰਦੇ ਹੀ ਹੈ ਹੀ ਨਹੀਂ ਗੇ, ਅਸੀਂ ਤਾਂ ਆਪ ਹੀ ਲਾਵਾਂਗੇ ਬਾਈ। ਆਪ ਹੀ ਬੈਗ ਤਾਂ ਅਸੀਂ ਆਪ ਹੀ ਲਾਵਾਂਗੇ ਬਾਈ, ਬੈਗ ਬੂਕ ਵਾਲੇ ਮਾਮਲੇ ਤਾਂ ਬਾਲਾ ਘੈਂਟ ਕੰਮ ਆਪਣਾ ਸਿਰਾ ਹੀ ਕਰਾ ਦੇਣਾ ਮੁੰਡਿਓ। ਮੁੰਡਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਮੇਰੇ ਵੀਰ ਸਾਰੇ ਆਪਣੇ ਚੈਨਲ ਨੂੰ ਕਰ ਦਿਆ ਕਰੋ ਤੁਸੀਂ, ਠੀਕ ਹੈ। ਤੇ ਆਪਾਂ ਇੱਧਰੋਂ ਲਾਈਏ ਇਹਨੂੰ ਐਵੇਂ ਕਰਕੇ, ਐਹ ਕਹਿੰਦੇ ਝੋਟਾ ਆ ਝੋਟਿਆ ਉਹ ਬਾਈ, ਕਹਿੰਦਾ ਈ ਨੱਪ ਦੇ ਕਹਿੰਦਾ ਬਾਈ। ਆ ਲਓ ਬਾਈ ਟਰਨ ਆਫ ਇੰਜਨ ਕਰਤਾ, ਹੁਣ ਕਹਿੰਦੇ ਵੀ ਤੁਸੀਂ ਰੈਸਟ ਕਰੋ ਅਸੀਂ ਲੋਡ ਕਰਦੇ ਹਾਂ। ਲੈ ਬਾਈ ਕਹਿੰਦੇ 2-3 ਘੰਟੇ ਲਾ ਤੇ ਇਹਨਾਂ ਨੇ ਲੋਡ ਕਰਨ ਤੇ, ਚੱਕ ਬਾਈ ਤਿਆਰ ਹੈ ਉਹ ਤੇਰੀ ਨੂੰ ਬਾਈ। ਆਪਣੇ ਤਾਂ ਆਹ ਕੰਟੇਨਰ ਜਿਹਾ ਰੱਖਤਾ ਬਾਈ ਇਹਨਾਂ ਨੇ ਉੱਤੇ, ਲੈ ਆਹ ਕੀ ਕਰਤਾ ਬਾਈ ਕੰਟੇਨਰ ਜਿਹਾ ਰੱਖ ਕੇ ਮਸ਼ੀਨ ਦੇ ਨਾਲ ਲਾਤਾ। ਚਲੋ ਹੁਣ ਜਾਣਾ ਤਾਂ ਹੈਗਾ ਬਾਈ,
263 ਕਿਲੋਮੀਟਰ ਹੀ ਆ ਬਾਈ ਸਾਰਾ। ਚੱਲਦੇ ਹਾਂ ਤੋਰਦੇ ਹਾਂ। ਚਲੋ ਬਾਈ ਟਾਇਰ ਦੇਖੋ ਮੁੰਡਿਓ, ਟਰੱਕ ਦਾ ਵਿਊ ਵੇਖੋ ਬਾਈ, ਟਰੱਕ ਦਾ ਵਿਊ, ਡਰੋਨ ਵਿਊ ਕਰਾਤਾ ਕਹਿੰਦੇ ਉਧਰ ਮੁੰਡਿਓ। ਡੈਮੇਜ ਡੂਮੇਜ ਨਾ ਹੋ ਜੇ ਬਾਈ, ਬਸ ਵਿਊ ਤਾਂ ਡਰੋਨ ਘੈਂਟ ਆਊਗਾ ਕਹਿੰਦੇ। ਹੋਰ ਟਰੱਕ ਹੀ ਨਾ ਜੇ। ਓਹੋ ਹੁਣ ਕੋਈ ਮੁੜਨ ਵਾਲਾ ਨਾ ਆ ਜੇ ਬਾਈ, ਮੋੜਨਾ ਪੈਣਾ। ਅਤੇ ਮੁੰਡੇ ਦੱਸਦਿਓ ਫਿਰ ਆਪਾਂ ਨੂੰ ਹੁਣ ਇੱਧਰ ਨੂੰ ਕਹਿੰਦੇ ਜਾਣਾ ਪੈਣਾ ਨੀਲਿਆ ਐ ਲੈ ਹੈ ਬਾਈ। ਉੱਧਰ ਤੇਰੀ ਭਲੀ ਹੋ ਜੇ ਪਤੰਦਰਾ, ਅੰਨੀ ਦਿਆ ਤੈਨੂੰ ਟਰੱਕ ਨਹੀਂ ਦੀਦਾ ਯਾਰ, ਹੱਦ ਹੈ ਯਾਰ, ਜਨਤਾ ਦਾ ਬਾਈ ਬਾਹਲਾ ਸਰਿਆ ਪਿਆ। ਹੁਣ ਆਪਾਂ ਕਹਿੰਦੇ ਅੰਬਾਨੀ ਦੇ ਮੁੰਡੇ ਦੇ ਵਿਆਹ ਦੇ ਆਪਾਂ ਲੈ ਕੇ ਚੱਲੇ ਹਾਂ ਬਾਈ ਮੱਖਣ, ਕਹਿੰਦੇ ਕਹਿੰਦੇ ਸਾਰੇ ਬਰਾਤੀਆਂ ਨੂੰ ਕਹਿੰਦੇ ਆ ਮੱਖਣ ਹੀ ਖਵਾਉਣਾ, ਕਹਿੰਦੇ ਅੱਜ ਮੱਖਣ ਵਾਲੇ ਪਰੌਂਠੇ, ਕਹਿੰਦੇ ਦੇਸੀ ਘਿਓ ਵਾਲੇ, ਕਹਿੰਦਾ ਕਹਿੰਦਾ ਦੇਸੀ ਘਿਓ ਵੀ ਖਵਾਵਾਂਗੇ, ਕਹਿੰਦੇ ਦੇਸੀ ਘਿਓ ਵੀ। ਵੀ ਚੱਕਰ ਵਾਲੀ ਗੱਲ ਨਹੀਂ, ਟਰੱਕ ਦਾ ਬਾਈ ਡੈਮੇਜ ਡੂਮੇਜ ਤਾਂ ਹਲੇ ਹੋਇਆ ਨਹੀਂ, ਆਪਣਾ ਟਰੱਕ ਵੇਖਿਓ ਹੁਣ ਜਾਂਦਾ 150 ਦੇ। ਇੱਕ ਵਾਰੀ ਕਹਿੰਦੇ ਇਹਨੂੰ ਰਾਹ ਪੈ ਲੈਣ ਦੇ, ਫਿਰ ਅੰਬਾਨੀ ਦੇ ਆਪਾਂ ਚੜ੍ਹਾ ਦਾਂਗੇ ਧੁੰਨੀ ਟੱਕ, ਘਿਓ ਹੀ ਘਿਓ ਕਰ ਦੇਣਾ ਅੱਜ। ਕਹਿੰਦੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਬਾਈ ਇਹ ਪਿੰਡਾਂ ਵਾਲੇ ਆ, ਘਿਓ ਘਿਓ ਕਰ ਦਿੰਦੇ ਆ ਮਿੱਤਰੋ। ਟਰੱਕ ਦੀ ਲੁੱਕ ਤੁਸੀਂ ਦੱਸਿਓ ਮੁੰਡੇ, ਲੁੱਕ ਕਿਵੇਂ ਦੀ ਲੱਗ ਰਹੀ ਆ, ਲੁੱਕ ਘੈਂਟ ਆ ਰਹੀ ਹੈ ਕਿ ਨਹੀਂ ਆ ਰਹੀ। ਓਹੋ ਬਾਈ ਵਾਈਪਰ ਚੱਲ ਗਏ ਸੀ, ਹੱਥ ਵੱਜ ਗਿਆ ਸੀ ਵਾਈਪਰ ਵਾਲੇ ਬਟਨ 'ਤੇ ਉਧਰੀ ਨੂੰ। ਫਿਰ ਆਪਾਂ ਇਸ ਤੋਂ ਬਾਅਦ ਬਾਈ ਆਪਾਂ ਲੋਡ 'ਤੇ ਲੋਡ ਚੱਕਣੇ ਆ, ਅੱਜ ਆਪਣਾ ਕੰਮ ਹੀ ਸਾਰਾ ਲੋਡਾਂ ਦਾ ਆ, ਠੀਕ ਹੈ ਬਾਈ। ਅਤੇ ਨਾਲੇ ਤਾਂ ਆਪਾਂ ਨੂੰ ਕਮਾਈ ਚੰਗੀ ਹੋ ਜੂਗੀ, ਅਤੇ ਨਾਲੇ ਆਪਾਂ ਲੋਡ ਚੱਕ ਲਾਂਗੇ ਬਾਈ। ਉਧਰੀ ਭਲੀ ਹੋ ਜੇ, ਲਓ ਬਾਈ ਸਿੱਧਾ ਹੀ -$2300 ਦਾ ਚਲਾਨ ਕੱਟਿਆ ਗਿਆ ਸਿੱਧਾ ਹੀ ਕਹਿੰਦੇ। ਪਰ ਚੱਲ ਕੋਈ ਗੱਲ ਨਹੀਂ, ਅੰਬਾਨੀ ਕਹਿੰਦਾ ਆਪਾਂ ਆਪੇ ਭਰਾਂਗੇ, ਤੁਸੀਂ ਛੇਤੀ ਤੋਂ ਛੇਤੀ ਪਹੁੰਚੋ, ਕਿਉਂਕਿ ਮੱਖਣ ਬਾਈ ਘੱਟ ਗਿਆ ਉੱਥੇ ਬਰਾਤੀਆਂ ਨੂੰ, ਰੋਟੀਆਂ ਚੋਪਣ ਦੁੱਖੋਂ ਖੜ੍ਹੇ ਪਏ ਆ ਬਾਈ। ਤਾਂ ਕਰਕੇ ਉਹ ਕਹਿੰਦਾ ਵੀ ਨੀਂਦ ਨੂੰਦ ਨਾ ਲਿਓ, ਨੀਂਦ ਆ ਕੇ ਇੱਥੇ ਲਿਓ ਬਾਈ, ਇੱਥੇ ਨਾਲੇ 2 ਪੈੱਗ ਲਾਵਾਂਗੇ ਉੱਥੇ ਜਾ ਕੇ। ਮੈਂ ਕਿਹਾ ਵੀ ਘੰਟੇ ਮਿੱਤਰਾ ਲੱਗਦੇ 2 ਘੰਟਿਆਂ ਦੇ ਵਿੱਚ, ਮੈਂ ਕਿਹਾ ਵੀ ਅਸੀਂ ਮੱਖਣ ਵੀ ਮੱਖਣ ਕਰ ਦਾਂਗੇ, ਠੀਕ ਹੈ, ਕੋਈ ਵੱਡੀ ਗੱਲ ਨਹੀਂ, ਮੈਂ ਕਿਹਾ ਮੱਖਣ ਵਾਲੀ ਵੀ ਆਊਗੀ। ਅਤੇ ਇਹਦੇ ਵਿੱਚ ਵੀ ਆਪਾਂ ਹੁਣ ਟਰੱਕ ਦੀ ਵੀ ਥੋੜ੍ਹੀ ਮੋਡੀਫਿਕੇਸ਼ਨ ਹੋਰ ਕਰਾਉਣੀ ਆ ਬਾਈ। ਚੱਕ ਚੱਕ ਬਾਈ ਚੱਕ ਕੱਢਤਾ ਨਾਲ ਦੀ ਨਾਲ ਦੀ, ਕਹਿੰਦਾ ਨਾਲ ਦੀ ਕਰਕੇ ਕੱਢਤਾ ਬਾਈ। ਹੁਣ ਇਹਦੇ ਇਹਦੇ ਕੋਲ ਦੀ ਤਾਂ ਲੰਘਣਾ ਹੀ ਨਹੀਂ ਬਾਈ, ਵੀ ਬਾਈ ਇਹਨੇ ਗਾਂਹ ਜਾ ਕੇ ਰੋੜ ਹੀ ਬਾਹਲੀ ਭੀੜੀ ਕਰਤੀ, ਤਾਂ ਪਤਲੀ ਗਲੀ ਵਿੱਚ ਹੋ ਕੇ ਟੱਕਰੇ, ਉਹ ਗੱਲ ਹੋ ਗਈ ਸੀ, ਭੀੜੀ ਗਲੀ ਵਿੱਚ ਪਤਲੀ ਨਹੀਂ, ਭੀੜੀ ਗਲੀ ਵਿੱਚ ਹੋ ਕੇ ਟੱਕਰੇ। ਲੈ ਵੀ ਮਿੱਤਰੋ ਕਹਿੰਦੇ ਸਿਰਾ ਗੱਲਬਾਤ ਹੋਈ ਬਈ, ਉਹ ਤੇਰੀ ਨੂੰ ਭਲੀ ਹੋ ਜੇ, ਪੁਲਿਸ ਵਾਲਾ ਕਿੱਧਰ ਖੜਾ। ਓ ਸ਼ੈਟ ਮੈਨ, ਲਓ ਬਾਈ ਇਹ ਤਾਂ ਮੈਨੂੰ ਦਿਖਿਆ ਹੀ ਬਾਅਦ ਦੇ ਵਿੱਚ ਬਾਈ ਕਿ ਪੁਲਿਸ ਵਾਲਾ ਖੜਾ ਆ। ਤੇਰੀ ਭਲੀ ਹੋ ਜੇ ਸਾਲੇ, ਆਹ ਪਹਿਲਾਂ ਨਹੀਂ ਦੱਸ ਸਕਦਾ ਸੀ, ਟਰੱਕ ਵਾਲਾ ਤਾਂ ਗਿਆ ਨੰਘ ਬਾਈ, ਆਪਣੇ ਤੋਂ ਨੰਘਿਆ ਨਹੀਂ ਗਿਆ। ਲੈ ਉਹ ਤੇਰੀ ਨੂੰ ਬਾਈ, ਉਹਨੂੰ ਵੀ ਨਹੀਂ ਵਿਖਿਆ ਬਾਈ, ਉਹ ਮਗਰਲੇ ਨੂੰ ਵੀ ਨਹੀਂ ਦਿਖਿਆ, ਮਗਰ ਵਾਲਾ ਵੀ ਇੰਨਾ ਹੋਇਆ ਫਿਰਦਾ ਬਾਈ, ਲੱਗਦਾ ਪੀਣਕ ਲੱਗ ਗਈ ਪਤੰਦਰ ਦੀ।
ਮੇਰੇ ਨਾਲ ਦਾ ਹੀ ਸੀ ਬਾਈ, ਉਹਨੇ ਲੱਗਦਾ ਮਾਲ ਗੋਲੀ ਬਾਹਲੀ ਵੱਡੀ ਖਾਧੀ ਹੋਈ ਹੈ, ਢਹਿ ਜਾਣਿਆ ਗੋਲੀ ਬਾਹਲੀ ਵੱਡੀ ਖਾ ਲਈ ਓਏ ਪੰਦਰਾਂ। ਕਹਿੰਦੇ ਗਾਂਹ ਬਾਈ ਹੋਟਲ ਵੀ ਆਉਣ ਵਾਲਾ, ਕਹਿੰਦੇ ਢਾਬਾ ਆਉਣ ਵਾਲਾ। ਅਤੇ ਚੱਲਦੇ ਹਾਂ ਬਾਈ ਫਿਰ ਹੁਣ ਅੱਗੇ ਨੂੰ, ਅਤੇ ਹੁਣ ਅੰਬਾਨੀ ਇਸ ਤੋਂ ਬਾਅਦ ਫਿਰ ਆਪਾਂ ਸ਼ੰਭੂ ਬਾਰਡਰ 'ਤੇ ਵੀ ਕਹਿੰਦੇ ਫਰੂਟਾਂ ਦਾ ਸੇਵਾ ਤਾਂ ਲੰਗਰ ਵਾਸਤੇ ਆਪਾਂ ਲੈ ਕੇ ਜਾਣੇ ਫਰੂਟ ਫਰਾਟ, ਉੱਥੇ ਵੀ ਇੱਕ ਲੋਡ ਆਪਾਂ ਉੱਥੋਂ ਦਾ ਵੀ ਲਾਉਣਾ ਆ। ਦੇਖਦੇ ਹਾਂ ਕਿ ਉਸ ਤੋਂ ਬਾਅਦ ਆਪਾਂ ਨੂੰ ਜੇ ਉੱਧਰ ਦਾ ਲੋਡ ਮਿਲਿਆ ਹੋਇਆ ਤਾਂ ਬਾਈ ਆਪਾਂ ਉੱਧਰ ਨੂੰ ਲੈ ਲਾਂਗੇ, ਨਹੀਂ ਤਾਂ ਤੇਲ ਤੂਲ ਤਾਂ ਅਜੇ ਅੱਧੀ ਟੈਂਕੀ ਹੈਗੀ ਆ। ਚੱਲ ਕੋਈ ਗੱਲ ਨਹੀਂ, ਅੰਬਾਨੀ ਦੇ ਘਰ ਤੱਕ ਤਾਂ ਪਹੁੰਚ ਹੀ ਜਾਣਾ, ਇਹਨੇ ਟਾਈਮ ਵੀ ਥੋੜ੍ਹਾ ਹੀ ਰਹਿ ਗਿਆ ਬਾਈ, ਆਪਾਂ ਨੂੰ ਭਜਾਉਣਾ ਹੀ ਪੈਣਾ। ਬੜਾ ਟਰੱਕ ਤੇਰੀ ਭਲੀ ਹੋ ਜੇ, ਆਹ ਕੀ ਕੀਤਾ ਪਿਆ ਲੈ ਬਾਈ, ਆਹ ਕੀ ਕੀਤਾ ਪਿਆ। ਅੱਜ ਤਾਂ ਬਾਈ ਡਿਫੀਕਲਟੀਆਂ ਹੀ ਡਿਫੀਕਲਟੀਆਂ ਆਈ ਜਾਂਦੀਆਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਬਾਈ ਅਸੀਂ ਹੁਣ ਲਾਈਏ। ਕਹਿੰਦੀ ਬਾਈ ਅੱਜ ਆਪਾਂ ਨੂੰ ਲੱਗਦਾ ਨਹੀਂ, ਮੈਨੂੰ ਲੱਗਦਾ ਨਹੀਂ ਬਾਈ ਕਿਨਾਂ ਦੇ ਨੇ ਅਸੀਂ ਪਹੁੰਚ ਪਾਵਾਂਗੇ। ਸੋ ਮੈਨੂੰ ਲੱਗਦਾ ਪੂਰਾ ਜ਼ਿਆਦਾ ਡਿਫੀਕਲਟੀ ਹੀ ਡਿਫੀਕਲਟੀ ਹੋਈ ਜਾਂਦੀ ਹੈ। ਦੇਖੀਏ ਨਿਕਲਿਆ ਜਾਂਦਾ ਕਿ ਨਹੀਂ ਨਿਕਲਿਆ ਜਾਂਦਾ ਬਾਈ ਮੁੰਡਿਓ, ਦੇਖਦੇ ਹਾਂ ਆਪਾਂ। ਹਾਂਜੀ ਬਾਈ ਤੁਸੀਂ ਦੇਖ ਸਕਦੇ ਹੋ, ਹਾਂਜੀ ਬਾਈ ਤੁਸੀਂ ਦੇਖ ਸਕਦੇ ਹੋ ਕਿ ਬੜੇ ਅਰਸੇ ਬਾਅਦ ਟ੍ਰੈਫਿਕ ਕਲੀਅਰ ਬਾਅਦ ਹੁਣ ਆਪਾਂ ਚੱਲੇ ਹਾਂ, ਠੀਕ ਹੈ। ਟ੍ਰੈਫਿਕ ਮਸਾਂ ਹੀ ਕਲੀਅਰ ਹੋਇਆ ਬਾਈ, ਅਤੇ ਹੁਣ ਆਪਾਂ ਚੱਲੀਏ, ਅਤੇ ਬਹੁਤ ਹੀ ਲੇਟ ਹੋ ਚੁੱਕੇ ਹਾਂ ਬਾਈ, ਟਾਈਮ ਬਹੁਤ ਜ਼ਿਆਦਾ ਹੋ ਗਿਆ, ਸ਼ਾਮ ਪੈ ਗਈ ਇੱਥੇ। 2-3 ਘੰਟਿਆਂ ਦੀ ਵੇਟਿੰਗ ਤੋਂ ਬਾਅਦ ਹੁਣ ਦੁਬਾਰਾ ਜਾ ਕੇ ਆਪਾਂ ਨੂੰ ਥੋੜ੍ਹਾ ਜਿਹਾ ਆਰਾਮ ਮਿਲਿਆ ਬਾਈ। ਫਿਰ ਆਪਾਂ ਹੁਣ ਚੱਲੇ ਹਾਂ ਅੱਗੇ ਨੂੰ, ਅਤੇ ਹੁਣ ਦੇਖਦੇ ਹਾਂ ਗਾਂਹ ਜਾ ਕੇ ਕੀ ਬਣਦਾ ਆ। ਹਾਲੇ ਬਾਈ 150 ਕਿਲੋਮੀਟਰ ਤਾਂ ਪਿਆ ਹੀ ਹੈ, ਕਿਉਂਕਿ ਦਿੱਲੀ ਅਭੀ ਦੂਰ ਨਹੀਂ ਹੈ ਮਹੇਸ਼ ਬਾਬੂ। ਸੋ ਤਾਂ ਕਰਕੇ ਬਾਈ ਹੁਣ ਦਿੱਲੀ ਦਾ ਰਾਹ ਬਹੁਤ ਦੂਰ ਆ ਹਾਲੇ, 150 ਕਿਲੋਮੀਟਰ ਤਾਂ ਚੱਲ ਕੋਈ ਗੱਲ ਨਹੀਂ ਬਾਈ, ਕੱਢ ਦਾਂਗੇ ਆਪਾਂ, ਛੇਤੀ ਤੋਂ ਛੇਤੀ ਪਹੁੰਚਣ ਦੀ ਕੋਸ਼ਿਸ਼ ਤਾਂ ਜਾਰੀ ਹੈ, ਅਤੇ ਦੇਖਦੇ ਹਾਂ। ਅਤੇ ਨਵੇਂ ਟ੍ਰੇਲਰ ਦੇ ਆਪਾਂ ਆਪਦੇ ਦੇ ਬਾਈ, ਅੱਜ ਨਵਾਂ ਟ੍ਰੇਲਰ ਕਹਿੰਦੇ ਆ, ਬੜਾ ਘੈਂਟ ਲੱਗੀ ਜਾਂਦਾ ਬਾਈ, ਮੈਨੂੰ ਤਾਂ ਬੜਾ ਵਧੀਆ ਲੱਗਿਆ। ਤੁਸੀਂ ਮੈਨੂੰ ਯਾਰ ਜ਼ਰੂਰ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਆਪਦਾ ਟ੍ਰੇਲਰ ਆਪਾਂ ਲਿਆ ਆ ਅਤੇ ਕਿਵੇਂ ਲੱਗਿਆ ਬਾਈ ਤੁਹਾਨੂੰ, ਅਤੇ ਟਰੱਕ ਦੀ ਲੁੱਕ ਕਿਵੇਂ ਲੱਗੀ ਬਾਈ। ਬਾਕੀ ਮੁੰਡਿਓ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਦੀ ਹੈ ਗੇਮ, ਅਤੇ ਆਪਾਂ ਇੱਦਾਂ ਹੀ ਹੋਰ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਇੱਦਾਂ ਦੀਆਂ ਘੈਂਟ ਘੈਂਟ ਵੀਡੀਓ ਜੀਆਂ। ਅਤੇ ਹੁਣ ਦੇਖਦੇ ਹਾਂ ਆਪਾਂ ਗਾਂਹ ਜਾ ਕੇ ਬਈ ਕਿਹੜੇ ਕਿਹੜੇ ਫਿਲਮ ਸਟਾਰ ਉੱਥੇ ਇਕੱਠੇ ਹੋਏ ਆ, ਦੇਖਦੇ ਹਾਂ ਨਾਲੇ ਬਾਈ। ਕਹਿੰਦੇ GT ਰੋਡ 'ਤੇ ਦੁਹਾਈਆਂ ਪਾਵੇ ਨਜ਼ਾਰਾ ਦਾ ਟਰੱਕ ਬੱਲੀਏ, ਅਤੇ ਟਰੱਕ ਆਪਣਾ ਬਾਈ ਆਉਂਦਾ ਲਾਰਜ ਰੇਮਸ ਇੱਧਰ ਦੀ ਜਾਣਗੇ ਬਾਈ। ਅਤੇ ਬਾਈ ਵਾਚਾਂ ਕਿਵੇਂ ਨਹੀਂ ਕੱਢਦਾ ਟਰੱਕ ਬਾਈ, ਮਾੜਾ ਲੈਣ 'ਤੇ ਚੜ੍ਹਾਈ ਦੀ ਆ ਤਾਂ ਦੇਖੀਏ ਬਾਈ, ਹੁਣ ਦੁਬਾਰਾ ਫਿਰ ਕਢਾਈਏ ਵਾਜਾ ਜੀ। ਨਹੀਂ ਬਾਈ ਹੁਣ ਨਹੀਂ ਕੱਢਦਾ, ਇੱਕ ਵਾਰ ਹੀ ਕੱਢੀਆਂ ਬਾਈ ਇਹਨੇ ਵਾਜਾ ਜੀ, ਕੋਲ ਦੀ ਤਾਂ ਛੂ ਕਰਕੇ ਨਿਕਲਣਾ ਬਾਈ ਇਹਨੇ। ਆਹ ਟਰੱਕ ਵਾਲਿਆ ਤੂੰ ਸਾਡੇ ਵੱਲ ਕੀ ਵੇਖਣਾ ਬਾਈ, ਤੇਰਾ ਤੇਰੇ ਕੋਲ ਦੀ ਤਾਂ ਛੂ ਕਰਕੇ ਨਿਕਲ ਜਾਣਾ ਬਾਈ, ਬ੍ਰੇਕ ਮਾਰਦੇ ਸਾਰ ਹੀ 90 ਆ ਜਾਂਦਾ 120 ਤੋਂ, ਬੜਾ ਜ਼ਿਆਦਾ ਪਤੰਦਰ ਦੱਬ ਜਾਂਦਾ ਛੇਤੀ, ਲੋਡ ਪਾਇਆ ਹੋਇਆ ਤਗੜਾ ਉਹਦੇ ਉੱਤੇ, ਵਿਚਾਰਾ ਹੁਣ ਕਰੇ ਤਾਂ ਕਰੇ ਵੀ ਕੀ ਬਾਈ।
ਕਰੇ ਤਾਂ ਕਰੀ। ਇੱਧਰ ਸਲੀਪਿੰਗ ਏਰੀਆ ਆ ਗਿਆ ਬਾਈ, ਕਹਿੰਦੇ ਸੌਂ ਲਓ ਜਿਹਨੂੰ ਨੀਂਦ ਆਉਂਦੀ ਆ। ਨੀਂਦ ਦੇ ਵਿੱਚ ਬਾਈ ਜੇ ਟਰੱਕ ਚਲਾਇਆ ਤਾਂ ਕਿਸੇ ਦੇ ਵਿੱਚ ਗੱਭੇ ਮਾਰੋਂਗੇ ਹੀ, ਕੋਈ ਨਾ ਕੋਈ ਫਿਰ ਬਚਦਾ ਥੋੜ੍ਹੀ ਨਾ ਹੁੰਦਾ ਮਿੱਤਰੋ। ਕਿਉਂ ਭਾਊ ਗੱਲ ਸਹੀ ਹੈ ਕਿ ਨਹੀਂ? ਆ ਬੱਸ ਵਾਲਿਆ ਕਿੱਧਰ ਤੁਰਿਆ ਫਿਰਦਾ ਪੁੱਤਰਾ, ਜਾਂ ਸਵਾਰੀਆਂ ਨੂੰ ਤਾਰ ਤੂਰ ਥੋੜ੍ਹਾ ਮੋਟਾ ਮਾੜਾ ਜਿਹਾ ਉਹਨਾਂ ਨੂੰ ਘੁਮਾ ਇੱਧਰ ਦੀਆਂ ਪਹਾੜੀਆਂ ਦੀਆਂ ਵਾਦੀਆਂ 'ਚ। ਬਾਈ ਵਿਊ ਬਾਹਲਾ ਘੈਂਟ ਆ ਇੱਥੋਂ ਦਾ, ਯੂਰੋਪ ਦਾ। ਮੈਨੂੰ ਉਦੋਂ ਯਾਦ ਆ ਗਿਆ ਬਾਈ ਇਹ ਸਾਰੇ ਵਿਊ ਨੂੰ ਦੇਖ ਕੇ ਜਦੋਂ ਮੈਂ ਬ੍ਰੈਂਪਟਨ ਤੋਂ ਇੱਧਰ ਨੂੰ ਆਇਆ ਸੀ ਸਰੀ ਵੱਲ, ਕਿਉਂ ਸੇਮ ਹੀ ਵਿਊ ਸੀ ਇੱਦਾਂ ਦਾ ਹੀ। ਲੈ ਬਈ ਝੰਡੇ ਝੁੰਡੇ ਆ ਗਏ ਯੂਰੋਪ ਵਾਲੇ, ਉਦੋਂ ਇੱਦਾਂ ਦਾ ਹੀ ਵਿਊ ਸੀ, ਇੱਦਾਂ ਦੇ ਹੀ ਰੋਡਾਂ ਆਉਂਦੀਆਂ ਸੀ, ਬਾਹਲੀਆਂ ਘੈਂਟ ਘੈਂਟ ਸੀ ਰੋਡਾਂ ਬਾਈ, ਅਤੇ ਜੰਗਲ ਵਾਲਾ ਵਿਊ ਵੀ ਜਮ੍ਹਾਂ ਸੇਮ ਆਉਂਦਾ ਸੀ। ਕੈਲਗਰੀ 'ਚ ਵੜਦੇ ਸਾਰ ਹੀ ਇੱਦਾਂ ਦਾ ਵਿਊ ਆਉਣ ਲੱਗ ਜਾਂਦਾ। ਸਸਕਾਟੂਨ ਆ ਕਿੱਧਰ ਆ ਗਿਆ ਸਸਕਾਟੂਨ ਬਾਈ? ਲਓ ਬਈ ਮਿੱਤਰੋ, ਕਹਿੰਦੇ ਅੰਬਾਨੀ ਦੇ ਘਰ ਦੇ ਕੋਲ ਪਹੁੰਚਣ ਵਾਲੇ ਹਾਂ ਮਿੱਤਰੋ ਆਪਾਂ, ਅਤੇ ਆਪਣਾ ਲੋਡ ਵੀ ਲਾਉਣਾ ਆਪਾਂ ਹੁਣ, ਠੀਕ ਹੈ? ਅਤੇ ਦੇਖਦੇ ਹਾਂ ਆਪਾਂ, ਚੱਲਦੇ ਹਾਂ ਬਾਈ ਹਲੇ। ਮੈਨੂੰ ਲੱਗਦਾ ਉੱਤੋਂ ਦੀ ਘੁੰਮਾ ਕੇ ਲਿਆਉਂਦਾ ਬਿੰਦਰ ਆਪਾਂ ਨੂੰ। ਆ 60-70 ਕਿਲੋਮੀਟਰ ਰਹਿ ਗਿਆ ਮਿੱਤਰੋ, 60-70 ਮਿੱਤਰੋ ਖਿੱਚੀ ਲਈ ਜਾਂਦੇ ਕਦੇ ਤੇਰੀ ਨੂੰ ਬਾਈ, ਉਖਲੀਆਂ ਜੀਆਂ ਕਿਵੇਂ ਲੱਗਦੀਆਂ ਡਰਾਈਵਰ ਨੂੰ, ਇੰਨੀਆਂ ਉਖਲੀਆਂ ਤਾਂ ਆਪਾਂ ਲਵਾਉਣੀਆਂ ਨਹੀਂ ਬਾਈ। ਸੂਈ ਕਹਿੰਦੇ ਦੂਜੇ ਬੰਨੇ ਲੱਗੇ ਜਾਂਦੀ ਸੀ, ਪਰ 90 ਤੇ ਚਾੜਦੀ, ਫਿਰ ਬ੍ਰੇਕਾਂ ਦੋ ਮਾਰ ਬਾਈ 90 ਤੇ ਸੂਈ, ਬਸ ਆਹੀ ਦੋ ਪ੍ਰੋਬਲਮ ਹੀ ਲੈ ਕੇ ਬਹਿ ਗਈਆਂ ਜੱਟ ਨੂੰ ਕਹਿੰਦੇ, ਉਵੇਂ ਤਾਂ ਠੀਕ ਹੈ ਕੰਮ ਕਹਿੰਦੇ। ਮੁੰਡੇ ਹੁਣ ਆਪਾਂ ਜਾਂਦੇ ਹਾਂ ਖਿੱਚੀ, ਗਾਣੇ ਆਪਾਂ ਤਾਂ ਨਹੀਂ ਲਾ ਸਕਦੇ, ਮੈਨੇ ਤਾਂ ਰੇਡੂਆ ਚਲਾ ਲੈਂਦੇ ਬਾਈ। ਬਾਈ 218 ਕਿਲੋਮੀਟਰ ਦੀ ਰੇਂਜ ਰਹਿ ਗਈ ਹੈ ਟੈਂਕੀ ਦੀ, ਕਹਿੰਦੇ 218 ਕਿਲੋਮੀਟਰ ਹੋਰ ਚੱਲੂਗਾ, 217-16 ਐਵਰੇਜ ਕੁਛ ਨਹੀਂ ਗੀ ਬਾਈ ਟਰੱਕ ਦੀ। ਟਰੱਕ ਬਦਲੀਏ ਹੁਣ ਆਪਾਂ, ਮੈਂ ਕਹਿੰਦਾ ਬੜਾ ਟਾਈਮ ਹੋ ਗਿਆ ਬਾਈ ਇਸੇ ਟਰੱਕ 'ਤੇ ਤੁਰੇ ਫਿਰਦੇ ਹਾਂ, ਹੁਣ ਆਪਾਂ ਨੂੰ ਮੈਨੂੰ ਲੱਗਦਾ ਟਰੱਕ ਬਦਲਣਾ ਚਾਹੀਦਾ, ਮਰਸਡੀਜ਼ ਦਾ ਲੈਣਾ ਚਾਹੀਦਾ। ਪਰ ਜ਼ਿਆਦਾ ਸਭ ਤੋਂ ਜ਼ਿਆਦਾ ਭੱਜਦਾ ਵੋਲਵੋ ਦਾ ਹੀ ਹੈ, ਕਿਉਂਕਿ ਆਪਾਂ ਨੂੰ ਤਾਂ ਬਾਈ ਲਓ ਜੀ ਕਹਿੰਦੇ ਵਹੀਕਲ ਕਰੈਸ਼ ਕਰਤਾ, ਵਹੀਕਲ ਕੋਈ ਦਿੰਦਾ ਹੀ ਨਹੀਂ ਸਾਨੂੰ ਨੇੜ ਤੇਰੇ। ਲਓ ਜੀ ਆਪਣੇ ਤਾਂ ਐਵੇਂ ਐਕਸੀਡੈਂਟ ਕੇਸ ਪਾਈ ਜਾਂਦੇ ਡਰਾਈਵਰ ਵੀਰਾਂ 'ਤੇ। ਲੈ ਮਾਮਾ ਕਿੱਧਰ ਨੂੰ ਕਿੱਧਰ ਨੂੰ? ਲਓ ਜੀ ਕਹਿੰਦੇ 4-10 ਵੀ ਆ ਗਏ ਇੱਧਰ, ਚੱਕ ਕੇ ਰੱਖਣਾ ਮੁੰਡਿਓ ਕੰਮ, ਕਹਿੰਦੇ ਚੱਕ ਕੇ ਖਿੱਚਦੇ ਮੁੰਡਿਓ ਖਿੱਚਦੇ। ਆ ਨੀਲਾ ਕਿੱਧਰ ਆਉਂਦਾ? ਨੀਲਿਆ ਨੀਲਾ ਵੀ ਬਾਈ ਨਾਲ ਨਾਲ ਆਈ ਜਾਂਦਾ ਨਾਲ, ਉੱਥੇ ਕਹਿੰਦੇ ਰਿਪੇਅਰ ਸ਼ੋਪ ਵੀ ਹੈਗੀ ਆ ਮਾੜਾ ਮੋਟਾ, ਟ੍ਰੇਲਰ 'ਤੇ ਵੀ ਆਪਾਂ ਕਰਾ ਲਾਂਗੇ ਟਾਇਰਾਂ 'ਚ ਹਵਾ ਚੈੱਕ ਬਾਈ, ਜੇ ਉਹਦੇ ਮੁੱਕੀ ਹੋਊਗੀ ਹਵਾ ਤਾਂ ਘਟੀ ਹੋਊਗੀ। ਚੱਕ 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 ਬਾਈ, ਐ ਨਹੀਂ ਬਾਈ, ਬੈਕ ਲੈ ਕੇ ਜਾਣਾ ਪੈਣਾ ਕਿਉਂਕਿ ਆਪਾਂ ਤਾਂ ਮੁੜਨਾ ਸੀ ਬਾਈ। ਮੁੜਨਾ ਸੀ ਅੱਗੇ ਨਿਕਲ ਗਏ ਬਾਈ, ਐਗਜ਼ਿਟ ਲੈਣਾ ਸੀਗਾ ਅਤੇ ਐਗਜ਼ਿਟ ਲਿਆ ਨਹੀਂ ਗਿਆ। ਐਗਜ਼ਿਟ ਲੈਣਾ ਸੀ, ਚਲੋ ਕੋਈ ਨਾ ਬਾਈ ਮੋੜ ਦਿੰਦੇ ਆਪਾਂ ਹੁਣੇ ਨੂੰ। ਚਲ ਇੰਨਾ ਹੀ ਕੰਮ ਸੀਗਾ,
ਐਗਜ਼ਿਟ ਗਲਤ ਲੈਣਾ ਸੀ, ਐਗਜ਼ਿਟ ਲੈਣਾ ਸੀ ਇਹ, ਅਤੇ ਆਪਾਂ ਅੱਗੇ ਲੰਘ ਗਏ ਬਾਈ ਫਿਰ 12 ਦੇ ਬਾਅਦ ਤੋਂ 24, 12 ਕਿਲੋਮੀਟਰ ਦਾ ਮਤਲਬ ਵਲ ਪਵਾ ਕੇ ਲਿਆਉਂਦਾ ਸੀ ਬਾਈ ਆਪਾਂ ਤਾਂ ਇਹ। ਕਹਿੰਦੇ ਡਿਫਰੈਂਟ ਲੁੱਕ ਅਤੇ ਟਰੱਕ, ਕਹਿੰਦੇ ਸਲੋਅ ਚਲਾਓ ਬਾਈ, ਕਹਿੰਦੇ ਸਾਡੇ ਮੱਖਣ ਨੂੰ ਕੁਛ ਹੋਣਾ ਨਹੀਂ ਚਾਹੀਦਾ ਬਾਈ, ਕਹਿੰਦੇ ਘਿਓ ਕਿ ਹੋਏ ਤਾਂ ਖਰਾਬ ਨਾ ਹੋਏ, ਤਾਂ ਬਾਈ ਬਾਹਲੀ ਟੈਨਸ਼ਨ ਲਈ ਖੜੇ ਆ, ਮੈਸੇਜ 'ਤੇ ਮੈਸੇਜ ਭੇਜੀ ਜਾਂਦੇ ਕਿ ਬਾਈ ਸਲੋਲੀ ਆ ਜਾਇਓ ਥੋੜ੍ਹਾ ਜਿਹਾ, ਪਰ ਸਾਡਾ ਸਮਾਨ ਨਹੀਂ ਖਰਾਬ ਹੋਣਾ ਚਾਹੀਦਾ। ਕਹਿੰਦੇ ਸ਼ਾਮ ਹੋ ਗਈ ਆ ਹੁਣ, ਕਹਿੰਦੇ ਬਰਾਤੀਆਂ ਨੇ ਹੁਣੇ ਹੀ ਰੋਟੀ ਖੋਲ੍ਹਣੀ ਆ, ਅਤੇ ਆਪਣੇ ਜਾਂਦਿਆਂ ਹੀ ਬਾਈ ਰੋਟੀ ਖੋਲ੍ਹ ਦੇਣੀ ਉਹ। ਕਹਿੰਦੇ ਲਓ ਜੀ, ਕਹਿੰਦੇ ਬੰਗਲੋ 'ਚ ਵੜਨ ਚੱਲੇ ਹਾਂ ਆਪਾਂ ਉਹਨਾਂ ਦੇ, ਮੈਨੂੰ ਤਾਂ ਲੱਗਦਾ ਇੱਥੋਂ ਟਰੱਕ 'ਤੇ ਦੂਜੇ 'ਤੇ ਲੈ ਜਾਣਗੇ ਛੋਟੀ ਭੁੰਡੀਆਂ 'ਤੇ, ਆਪਾਂ ਤਾਂ ਘਰੇ ਲਾ ਦਿੰਦੇ ਬਾਈ ਇਹਨਾਂ ਦੇ, ਪਰ ਘਰੇ ਲਵਾਇਆ ਨਹੀਂ। ਕਹਿੰਦੇ ਹੁਣ ਨਹੀਂ ਮਿੱਤਰੋ, ਅਸੀਂ ਘਰੇ ਲਵਾਉਣਾ ਨਹੀਂ ਤੁਹਾਡੇ ਤੋਂ, ਤੁਸੀਂ ਹੈਵੀ ਡਰਾਈਵਰ ਹੋ। ਲੈ ਬਾਈ ਇਹ ਕਦੀ ਵਾਇਲੇਸ਼ਨ ਹੋ ਗਈ, ਰਾਈਟ ਤਾਂ ਆਪਾਂ ਲੈਟਾਂ ਦੇ ਵਿੱਚ ਬੋੜੀ ਸਕਦੇ ਹਾਂ, ਲੈਫਟ ਨਹੀਂ ਮੁੜ ਸਕਦੇ। ਲਓ ਜੀ, ਕਹਿੰਦੇ ਪਾਸਪੇਟ ਦੇ ਵਿੱਚ ਕੰਪਨੀ ਹੈ ਇਹਨਾਂ ਦੀ, ਉੱਥੇ ਆਪਾਂ ਲਾ ਦੇਣੇ ਆ ਟ੍ਰੇਲਰ ਇਹਨਾਂ ਦਾ। ਓਹੋ, ਚਲੋ ਬਾਈ ਇੱਥੇ ਲਾਵਾਂਗੇ ਆਪਾਂ ਇਹਨਾਂ ਦਾ ਟ੍ਰੇਲਰ, ਟ੍ਰੇਲਰ ਸੋਰੀ ਆਪਣਾ ਆ, ਆਪਾਂ ਇਕੱਲਾ ਇਹਨਾਂ ਦਾ ਬਾਕਸ ਜਿਹਾ ਲਾਉਣਾ ਬਾਈ। ਦੇਖੀਏ ਕਿੱਥੇ ਲਾਉਣਾ, ਲਓ ਬਾਈ ਪਹਿਲਾਂ ਆਪਾਂ ਇੱਧਰੋਂ ਚੜ੍ਹਾ ਕੇ ਜੀ ਇਹਨੂੰ ਲਾ ਲਈਏ। ਰੇਸਾਂ ਮਾਰ, ਬੰਦੇ ਬਾਹਰ ਨਹੀਂ ਆਏ ਬਾਈ, ਅਸੀਂ ਟ੍ਰੇਲਰ ਲੈ ਕੇ ਆ ਗਏ ਹਾਂ। ਅਸੀਂ ਤਾਂ ਟ੍ਰੇਲਰ ਲੈ ਕੇ ਆ ਗਏ ਬਾਈ, ਤੁਸੀਂ ਨਹੀਂ ਆਏ ਬਾਹਰ ਹੁਣ। ਚਲੋ ਕੋਈ ਗੱਲ ਨਹੀਂ, ਆਪਾਂ ਆਪਣਾ ਬਾਈ ਲਾ ਦੇਣਾ ਸਮਾਨ ਇਹਨਾਂ ਦਾ, ਇਹਨਾਂ ਨੇ ਕਹਿਣਾ ਵੀ ਲਾ ਲਓ ਆਪਦੀ ਕਰੇਨ ਕਰੂਨ ਦੇ ਨਾਲ, ਜਿਹਦੇ ਨਾਲ ਵੀ ਹੈਗਾ ਆ ਸਮਾਨ, ਅਤੇ ਅਸੀਂ ਆਪਦਾ ਲਓ ਜੀ ਚੱਕ ਤਾ ਇਹਨਾਂ ਨੇ, ਅਤੇ ਹੁਣ ਦੇਖੀਏ ਆਪਣਾ ਬਾਈ ਸਮਾਨ ਖਾਲੀ ਕਰਤਾ ਇਹਨਾਂ ਨੇ ਕਿ ਨਹੀਂ। ਲਓ ਜੀ ਟ੍ਰੇਲਰ ਕਰਤਾ ਖਾਲੀ ਇਹਨਾਂ ਨੇ ਮੁੰਡਿਓ, ਅਤੇ ਚਲੋ ਵੀ ਮੁੰਡਿਓ ਮਿਲਦੇ ਹਾਂ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਅਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਆ ਮੇਰੇ ਵੀਰਿਓ, ਜੈ ਹਿੰਦ, ਅਤੇ ਮੌਜਾਂ ਮਾਰੋ ਆਨੰਦ ਮਾਰੋ ਬਾਈ, ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਈ।